ਥਰਡ ਜੈਂਡਰ ਹੋਣਾ, ਕਿੰਨਰ ਹੋਣਾ ਇੱਕ ਬਹੁਤ ਵੱਡੀ ਗੱਲ ਆ। ਮੇਰੇ ਮਾਂ ਬਾਪ ਮੈਨੂੰ ਨਹੀਂ ਲਾਈਕ ਕਰਦੇ, ਹੈ ਨਾ, ਉਹ ਗੱਲਾਂ 'ਤੇ ਜਿਨ੍ਹਾਂ 'ਤੇ ਮੇਰੀ ਕੋਈ ਗਲਤੀ ਹੋਈ ਨਹੀਂ ਹੈ ਨਾ, ਕਿ ਹਾਂ ਮੈਨੂੰ ਤਾਂ ਰੱਬ ਨੇ ਐਵੇਂ ਦਾ ਬਣਾ ਤਾ, ਮੇਰਾ ਇਸ ਗੱਲ 'ਚ ਕਸੂਰ ਹੀ ਕੀ ਆ ਕਿ ਹਾਂ ਵੀ ਰੱਬ ਨੇ ਮੇਰੇ ਹਾਵ ਭਾਵ ਹੀ ਐਵੇਂ ਦੀ, ਮੇਰੇ ਅੰਦਰ ਹਾਰਮੋਨਸ ਹੀ ਐਵੇਂ ਦੇ ਪੈਦਾ ਹੁੰਦੇ ਨੇ ਕਿ ਮੈਂ ਇਹਨਾਂ 'ਤੇ ਕੰਟਰੋਲ ਹੀ ਨਹੀਂ ਕਰ ਪਾਉਂਦੀ। ਆਪਣਾ ਕੋਈ ਵੀ ਨਹੀਂ ਹੈਗਾ, ਚਾਹੇ ਉਹ ਮੇਰੇ ਘਰਦੇ ਨੇ ਚਾਹੇ ਬੇਗਾਨੇ ਨੇ, ਮੈਂ ਇਕੱਲੀ ਜ਼ਿੰਦਗੀ ਜੀਣੀ ਆ। ਜੀ ਕਰਦਾ ਸੀ ਵੀ ਮਰ ਜਾਵਾਂ, ਕਈ ਵਾਰ ਨਾ ਕਿਸੇ ਬੱਚੇ ਨੂੰ ਉਹਦੀ ਮਾਂ ਨਾਲ ਦੇਖ ਲੈਂਦੀ ਹਾਂ, ਫਿਰ ਅੰਦਰੋਂ ਮੇਰਾ ਦਿਲ ਝਟੋੜਿਆ ਜਾਂਦਾ ਹੈ। ਮੈਂ ਤਾਂ ਆਪਣੀ ਪਾਰਟੀ ਬਣਾਉਣੀ ਹੈ ਜੀ, ਜਸਲੀਨ ਪਟਿਆਲਾ ਪਾਰਟੀ, ਜਿਹਦਾ ਚੋਣ ਨਿਸ਼ਾਨ ਤਾੜੀ। ਤਾੜੀ ਵਜਾਓ, ਸਰਕਾਰ ਜਗਾਓ, ਪੈਟਰੋਲ 50 ਰੁਪਏ ਕਰਾ ਦੂੰਗੀ। ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ, ਟੈਕਨੋਲੋਜੀ ਨੇ ਤਰੱਕੀ ਕਰ ਲਈ ਹੈ, ਸਮਾਰਟਫੋਨਸ ਆ ਗਏ ਨੇ, ਪਰ ਇਹ ਸਮਾਰਟਫੋਨ ਚਲਾਉਣ ਵਾਲੇ ਅੱਜ ਵੀ ਕਦੇ ਕਦੇ ਜਾਂ ਤਾਂ ਗੁੱਸੇ ਵਿੱਚ ਜਾਂ ਹਾਸੇ ਮਜ਼ਾਕ ਵਿੱਚ ਇੱਕ ਦੂਜੇ ਨੂੰ ਕਹਿ ਦਿੰਦੇ ਨੇ ਕਿ ਕਿੰਨਰਾਂ ਵਰਗੀਆਂ ਹਰਕਤਾਂ ਨਾ ਕਰ, ਕਿੰਨਰਾਂ ਵਰਗੀਆਂ ਗੱਲਾਂ ਨਾ ਕਰ। ਸ਼ਾਇਦ ਉਹ ਇਸ ਸੱਚਾਈ ਤੋਂ ਵਾਕਫ ਨਹੀਂ ਨੇ ਕਿ ਇਹੀ ਜੋ ਕਿੰਨਰ ਸਮਾਜ ਹੈ, ਇਹ ਨਾ ਸਿਰਫ ਆਪਣੀ ਆਈਡੈਂਟੀ ਵਾਸਤੇ ਲੜ ਰਿਹਾ, ਪਰ ਸਮਾਜ ਨਾਲ ਵੀ ਲੜਦਾ ਆ ਰਿਹਾ। ਤੇ ਅੱਜ ਉਹਦਾ ਜ਼ਿੰਦਾ ਜਾਗਦਾ ਜੋ ਉਦਾਹਰਣ ਹੈ ਉਹ ਮੇਰੇ ਨਾਲ ਮੌਜੂਦ ਹੈ, ਜਸਲੀਨ ਕੌਰ। ਇੱਕ ਛੋਟੀ ਜਿਹੀ ਦਿਖਣ ਵਾਲੀ ਬੱਚੀ ਜਸਲੀਨ, ਇਸਦਾ ਬਚਪਨਾ ਕਿੱਦਾਂ ਦਾ ਸੀ? ਬਚਪਨ ਤਾਂ ਤੁਹਾਨੂੰ ਪਤਾ ਹੀ ਆ ਨਾ, ਇੱਕ ਥਰਡ ਜੈਂਡਰ ਦਾ ਵੀ ਮਤਲਬ ਕਿ ਜਿਹੜੇ ਮਾਨ ਤੇ ਲੋਕ ਨੇ ਜਾਂ ਕਿੰਨਰ ਕਹਿ ਸਕਦੇ ਹਾਂ ਜਾਂ ਹਿਜੜੇ ਜਾਂ ਖੁਸਰੇ ਪੰਜਾਬੀ 'ਚ ਵਰਤਿਆ ਜਾਂਦਾ ਹੈ ਨਾ। ਕੀ ਦੱਸਾਂ ਬਚਪਨ ਹੈ ਨਾ, ਕਿ ਮੈਂ ਜਦੋਂ ਛੋਟੀ ਜਿਹੀ ਸੀ ਨਾ, ਲਿਬਾਸ ਮੇਰਾ ਮੁੰਡਿਆਂ ਵਾਲਾ, ਘਰ ਦੇ ਮੈਨੂੰ ਮੁੰਡਾ ਬਣਾ ਕੇ ਰੱਖਦੇ ਸੀ, ਰਹਿਣਾ ਮੈਂ ਕੁੜੀਆਂ ਦੀ ਤਰ੍ਹਾਂ ਪਸੰਦ ਕਰਦੀ ਸੀ। ਤੁਸੀਂ ਉਹ ਸੋਚੋ ਵੀ ਇੱਕ ਕਿਸੇ ਨੂੰ ਸ਼ੀਸ਼ੇ 'ਚ ਬੰਦ ਕਰ ਲਓ, ਉਹ ਬੰਦਾ ਜਿਹੜਾ ਸ਼ੀਸ਼ੇ 'ਚ ਬੰਦ ਕੀਤਾ ਹੋਇਆ ਨਾ, ਉਹ ਬਾਹਰਲੀ ਦੁਨੀਆ ਦੇਖ ਤਾਂ ਸਕਦਾ ਹੈ, ਪਰ ਉਹ ਬਾਹਰ ਨਹੀਂ ਜਾ ਸਕਦਾ, ਬਾਹਰ ਦੀ ਨੋਰਮਲ ਹਵਾ, ਆਕਸੀਜਨ ਜਾਂ ਬਾਹਰ ਦੀ ਜ਼ਿੰਦਗੀ ਨੂੰ ਹਾਵ ਭਾਵ ਨਹੀਂ ਕਰ ਸਕਦਾ। ਬਸ ਉਹ ਜ਼ਿੰਦਗੀ ਸੀ ਜੀ ਮੇਰੀ। ਬਚਪਨ ਵਿੱਚ ਤੁਹਾਡੇ ਜੋ ਮਾਤਾ ਪਿਤਾ ਨੇ, ਉਹਨਾਂ ਨੇ ਜੋ ਤੁਹਾਨੂੰ ਜਦੋਂ ਲੱਗਿਆ ਕਿ ਮੇਰੇ ਅੰਦਰ ਕੁਛ ਬਦਲਾਵ ਆ ਰਹੇ ਨੇ, ਮੈਂ ਸ਼ਾਇਦ ਮੁੰਡਾ ਨਹੀਂ ਹੈਗੀ, ਮੈਂ ਸ਼ਾਇਦ ਕੁੜੀ ਹਾਂ, ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕੀਤਾ, ਉਦੋਂ ਜੋ ਤੁਹਾਡੇ ਪੇਰੈਂਟਸ ਨੇ, ਉਹਨਾਂ ਦਾ ਕੀ ਰਿਐਕਸ਼ਨ ਸੀ? ਬਸ ਉਹ ਹੀ ਕਹਿੰਦੇ ਸੀ ਕਿ ਹਾਂ ਆਪਣੇ ਆਪ ਨੂੰ ਇਸ ਸੋਸਾਇਟੀ ਦੇ ਸਾਹਮਣੇ ਨਾ ਲੈ ਕੇ ਆ, ਦੇਖ ਬਹੁਤ ਵੀ ਥਰਡ ਜੈਂਡਰ ਹੋਣਾ, ਕਿੰਨਰ ਹੋਣਾ ਇੱਕ ਬਹੁਤ ਵੱਡੀ ਗੱਲ ਆ ਨਾ, ਵੀ ਅਸੀਂ ਪਬਲਿਕ, ਅਸੀਂ ਜਿਹੜੀ ਸਮਾਜ ਹੈ ਉਹਦੇ ਸਾਹਮਣਾ ਨਹੀਂ ਕਰ ਸਕਾਂਗੇ, ਲੋਕਾਂ ਨੇ ਸਾਨੂੰ ਟੋਰਚਰ ਕਰਨਾ ਹੈ ਕਿ ਹਾਂ ਤੁਹਾਡੇ ਕਿਹੋ ਜਿਹਾ ਬੱਚਾ ਪੈਦਾ ਹੋਇਆ, ਘਰਦਿਆਂ ਨੇ ਟੋਰਚਰ ਕਰਨਾ, ਕੁੱਟਣਾ ਮਾਰਨਾ, ਕਿਵੇਂ ਉਹਨਾਂ ਨੇ ਮੈਨੂੰ ਕੁੱਟ ਦੇਣਾ ਬਿਨਾਂ ਗੱਲ ਤੋਂ, ਗਲਤੀ ਕਿਸੇ ਹੋਰ ਦੀ ਹੋਣੀ, ਉਹਨਾਂ ਨੇ ਕਹਿਣਾ ਨਹੀਂ ਅੱਖਾਂ 'ਚ ਕੱਜਲ ਕਿਉਂ ਪਾ ਲਿਆ, ਹੱਥਾਂ 'ਤੇ ਮਹਿੰਦੀ ਕਿਉਂ ਲਾ ਲਈ, ਤੂੰ ਇਹ ਕਿਉਂ ਕੀਤਾ, ਜਿਵੇਂ ਚੁੰਨੀ ਲੈ ਕੇ ਘਰ ਕੋਈ ਕੰਮ ਕਰਨ ਲੱਗ ਜਾਣਾ, ਕਹਿਣਾ ਹਾਂ ਚੁੰਨੀ ਕਿਉਂ ਲਿੱਤੀ ਆ। ਐਵੇਂ ਦੀ ਜ਼ਿੰਦਗੀ ਤੋਂ ਮੈਂ ਬੜੀ ਪਰੇਸ਼ਾਨ ਸੀ, ਮੈਂ ਖੁਦ ਇੰਨੀ ਆਪਣੇ ਆਪ ਨੂੰ ਕੁੱਟ ਕੁੱਟ ਕੇ ਜ਼ਿੰਦਗੀ ਜੀਣਾ ਚਾਹੁੰਦੀ ਸੀ ਕਿ ਹਾਂ ਜੀ ਕਰਦਾ ਸੀ ਵੀ ਮਰ ਜਾਵਾਂ, ਪਰ ਮਰਾਂ ਤਾਂ ਮਰਾਂ ਕਿਵੇਂ। ਇੱਕ ਦਿਨ ਮੈਂ ਨਾ ਮਰਨ ਦਾ ਪ੍ਰੋਗਰਾਮ ਬਣਾ ਲਿਆ, ਤਾਂ ਬਣਾਇਆ ਹੋਇਆ ਨਾ, ਮੈਂ
ਸੁਸਾਈਡ ਨੋਟ ਲਿਖਣ ਲੱਗ ਗਈ। ਦੁਪਹਿਰ ਦਾ ਟਾਈਮ ਸੀ ਤਾਂ ਸੁਸਾਈਡ ਨੋਟ ਲਿਖਦੀ ਲਿਖਦੀ ਗਈ। ਮੈਂ ਹਾਂ ਜਸਵੀਨ ਹਾਂ, ਮੇਰੀ ਐਮ ਏ ਦੀ ਇੱਕ ਜ਼ਿੰਦਗੀ ਆ, ਮੇਰੇ ਮਾਂ ਬਾਪ ਮੈਨੂੰ ਨਹੀਂ ਲਾਈਕ ਕਰਦੇ ਹੈ ਨਾ ਉਹ ਗੱਲਾਂ 'ਤੇ ਜਿਨ੍ਹਾਂ 'ਤੇ ਮੇਰੀ ਕੋਈ ਗਲਤੀ ਹੋਈ ਨਹੀਂ ਹੈ ਨਾ, ਕਿ ਹਾਂ ਮੈਨੂੰ ਤਾਂ ਰੱਬ ਨੇ ਐਵੇਂ ਦਾ ਬਣਾ ਤਾ। ਮੇਰਾ ਇਸ ਗੱਲ 'ਚ ਕਸੂਰ ਹੀ ਕੀ ਆ ਕਿ ਹਾਂ ਵੀ ਰੱਬ ਨੇ ਮੇਰੇ ਹਾਵ ਭਾਵ ਵੀ ਐਵੇਂ ਦੀ, ਮੇਰੇ ਅੰਦਰ ਹਾਰਮੋਨਸ ਹੀ ਐਵੇਂ ਦੇ ਪੈਦਾ ਹੁੰਦੇ ਨੇ ਕਿ ਮੈਂ ਇਹਨਾਂ 'ਤੇ ਕੰਟਰੋਲ ਹੀ ਨਹੀਂ ਕਰ ਪਾਉਂਦੀ। ਤਾਂ ਮੈਂ ਸੋਚਿਆ ਯਾਰ ਕਿਉਂ ਨਾ ਮਰ ਜਾ ਇੱਕ ਦਿਨ। ਤਾਂ ਮੈਂ ਸੁਸਾਈਡ ਨੋਟ ਲਿਖਣ ਲੱਗੀ ਹੈ ਨਾ, ਤਾਂ ਮੈਂ ਅੱਧਾ ਕੁ ਸੁਸਾਈਡ ਨੋਟ ਲਿਖਤਾ। ਤਾਂ ਮੈਂ ਸੁਸਾਈਡ ਨੋਟ ਲਿਖਦੀ ਲਿਖਦੀ ਨਾ ਉੱਥੇ ਹੀ ਮੇਰੀ ਅੱਖ ਲੱਗ ਗਈ ਅਤੇ ਮੈਨੂੰ ਨੀਂਦ ਆ ਗਈ। ਜਦੋਂ ਮੈਂ ਉੱਠੀ ਤਾਂ ਮੈਂ ਪੜ੍ਹਿਆ ਕਿ ਹਾਂ ਮੈਂ ਜਸਲੀਨ ਹਾਂ ਨਾ, ਅਤੇ ਵੀ ਮੈਂ ਇਹ ਸੁਸਾਈਡ ਕਰ ਰਹੀ ਹਾਂ। ਮੈਂ ਸੋਚਿਆ ਜਿਹੜੇ ਲੋਕ ਅੱਜ ਮੈਨੂੰ ਹੀ ਮਾਰਨਾ ਚਾਹੁੰਦੇ ਨੇ, ਦਬਾਉਣਾ ਚਾਹੁੰਦੇ ਨੇ, ਕਿਉਂ ਨਾ ਉਹਨਾਂ ਨੂੰ ਇੱਕ ਜ਼ਿੰਦਗੀ ਜੀ ਕੇ ਦਿਖਾਵਾਂ। ਬਸ ਫਿਰ ਮੈਂ ਉਸ ਦਿਨ ਤੋਂ ਆਪਣੀ ਇੱਕ ਜ਼ਿੰਦਗੀ ਸ਼ੁਰੂ ਕਰ ਲਈ। ਪਰ ਉਸ ਜ਼ਿੰਦਗੀ 'ਚ ਦੁੱਖ ਤਾਂ ਬਹੁਤ ਆਏ। ਅੱਜ ਵੀ ਨਾ ਮੈਂ ਇਕੱਲੀ ਬੈਠੂੰਗੀ ਨਾ ਤਾਂ ਮੇਰਾ ਰੋਣਾ ਨਿਕਲਦਾ ਹੈ ਕਿ ਮੇਰੀ ਜ਼ਿੰਦਗੀ ਤਾਂ ਕੋਈ ਨਹੀਂ ਨਾ, ਇਹ ਜ਼ਿੰਦਗੀ ਦੇਖਣ ਨੂੰ ਹੀ ਆਪਣਿਆਂ ਦੀ ਲੱਗਦੀ ਆ, ਪਰ ਇਹਨਾਂ 'ਚ ਆਪਣਾ ਕੋਈ ਵੀ ਨਹੀਂ ਹੈਗਾ, ਚਾਹੇ ਉਹ ਮੇਰੇ ਘਰਦੇ ਨੇ ਚਾਹੇ ਬਗਾਨੇ ਨੇ। ਮੈਂ ਇਕੱਲੀ ਜ਼ਿੰਦਗੀ ਜੀਣੀ ਆ, ਇਹ ਦੇਖਣ ਨੂੰ ਇਹ ਘਰ ਬਾਰ ਮਹਿਲ ਨੇ, ਪਰ ਮੇਰਾ ਆਪਦਾ ਤਾਂ ਕੋਈ ਘਰ ਨਹੀਂ ਨਾ। ਉਸ ਟਾਈਮ ਬੜਾ ਮਨ ਭਿੱਜਦਾ ਹੈ ਨਾ, ਕਈ ਵਾਰ ਨਾ ਕਿਸੇ ਬੱਚੇ ਨੂੰ ਉਹਦੀ ਮਾਂ ਨਾਲ ਦੇਖ ਲੈਂਦੀ ਹਾਂ, ਫਿਰ ਅੰਦਰੋਂ ਮੇਰਾ ਦਿਲ 'ਚ ਝੋੜਿਆ ਜਾਂਦਾ ਹੈ ਕਿ ਜਸਲੀਨ ਤੂੰ ਇਹੋ ਜਿਹੇ ਕਿਹੋ ਜਿਹੇ ਕਰਮ ਕਰੇ ਦੀ ਵੀ ਜਿਹੜੇ ਤੈਨੂੰ ਤੇਰੀ ਮਾਂ ਕੋਲ ਰਹਿਣ ਦਾ ਹੁਕਮ ਹੀ ਨਹੀਂ ਹੈਗਾ। ਮੈਂ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਵੀ ਉਹਨਾਂ ਤੋਂ ਦੂਰ ਹਾਂ। ਜਸਲੀਨ ਕਹਿੰਦੇ ਇੱਕ ਮਾਂ ਹੀ ਹੈ ਜੋ ਤੁਹਾਨੂੰ ਸਮਝਦੀ ਹੈ, ਤੇ ਜਸਲੀਨ ਦਾ ਬਚਪਨ ਤੋਂ ਲੈ ਕੇ ਅੱਜ ਤੱਕ ਦਾ ਆਪਣੀ ਮਾਂ ਦੇ ਨਾਲ ਕਿੱਦਾਂ ਦਾ ਰਿਸ਼ਤਾ ਰਿਹਾ? ਦੇਖੋ ਆਪਾਂ ਕਹਿ ਸਕਦੇ ਹਾਂ ਨਾ, ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ, ਮਾਵਾਂ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ, ਚਾਹੇ ਚਾਚੀਆਂ ਤਾਈਆਂ ਨੇ, ਚਾਹੇ ਨਾਨਕੇ ਨੇ, ਚਾਹੇ ਦਾਦਕੇ ਨੇ। ਅੱਜ ਵੀ ਜੇ ਮੈਂ ਆਪਣੀ ਮਾਂ ਕੋਲ ਜਾਂਦੀ ਹਾਂ ਨਾ, ਮੇਰੀ ਮਾਂ ਮੈਨੂੰ ਉਵੇਂ ਹੀ ਲਵੇ ਲਾ ਲੈਂਦੀ ਆ ਨਾ, ਜਿਵੇਂ ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਂ ਜੰਮੀ ਸੀ ਉਦੋਂ ਲਾਇਆ ਹੋਊਗਾ। ਮਤਲਬ ਕਿ ਕਹਿ ਸਕਦੇ ਹਾਂ ਨਾ ਕਿ ਮੈਨੂੰ ਬੜਾ ਦੁੱਖ ਲੱਗਦਾ ਹੈ ਨਾ ਵੀ ਜਦੋਂ ਮੈਂ ਆਪਣੇ ਮੰਮੀ ਡੈਡੀ ਮਾਂ ਨੂੰ ਆਪਣੀ ਨੂੰ ਮਿਲਣ ਜਾਂਦੀ ਹਾਂ ਕਈ ਵਾਰ, ਹੈ ਨਾ ਕਿ ਹਾਂ ਉਹ ਮੈਨੂੰ ਪਿਆਰ ਤਾਂ ਕਰਦੀ ਆ, ਪਰ ਕਿਤੇ ਨਾ ਕਿਤੇ ਸੋਸਾਇਟੀ ਇਸ ਗੱਲ ਦਾ ਫਰਕ ਪਾ ਦਿੰਦੀ ਆ ਨਾ, ਉਹਨੂੰ ਤਾਂ ਮੇਰੇ ਨਾਲ ਅੱਜ ਵੀ ਓਨਾ ਹੀ ਪਿਆਰ ਆ ਜਿੰਨਾ 20 ਸਾਲ ਪਹਿਲਾਂ ਸੀਗਾ। ਤੁਹਾਡਾ ਆਪਣੇ ਫਾਦਰ ਨਾਲ, ਪਿਤਾ ਜੀ ਨਾਲ ਕਿੱਦਾਂ ਦਾ ਰਿਲੇਸ਼ਨਸ਼ਿਪ? ਬਸ ਪਿਤਾ ਜੀ ਨਾਲ ਤਾਂ ਮੇਰਾ ਥੋੜਾ ਘੱਟ ਹੀ ਆ, ਮੇਰਾ ਮੇਰੀ ਮੰਮੀ ਨਾਲ ਜ਼ਿਆਦਾ ਰਹਿੰਦਾ ਨਾ। ਤੇ ਛੋਟੀ ਜਿਹੀ ਬੱਚੀ ਦੀ ਜ਼ਿੰਦਗੀ ਵਿੱਚ ਫਿਰ ਐਸਾ ਮੋੜ ਕਦਾ ਆਇਆ ਜਦੋਂ ਇਸ ਬੱਚੀ ਨੇ ਸੋਚਿਆ ਕਿ ਹੁਣ ਮੈਂ ਇਸ ਘਰ ਤੋਂ ਚਲੀ ਜਾਊਂਗੀ? ਜਦੋਂ ਮੈਨੂੰ ਲੱਗਿਆ ਕਿ ਹੈ ਨਾ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣੀ ਆ ਨਾ, ਤਾਂ ਇਹਨਾਂ ਸਭ ਦੀ ਪਰਵਾਹ ਛੱਡ ਦੇਣੀ ਆ, ਤਾਂ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਹਾਂ ਬਸ ਘਰ ਤੋਂ ਬਾਹਰ ਰਹਿਣਾ ਸ਼ੁਰੂ ਕਰਾਂ। ਸਭ ਤੋਂ ਪਹਿਲਾਂ ਤਾਂ ਮੈਂ ਮੈਡੀਕਲ ਦੇ ਵਿੱਚ ਦਾਖਲਾ ਲਿੱਤਾ, ਤਾਂ ਮੇਰੇ ਘਰਦਿਆਂ ਨੇ ਮੇਰੀ ਐਡਮਿਸ਼ਨ ਕਰਵਾਈ ਮੈਡੀਕਲ ਦੇ ਵਿੱਚ ਹੈ ਨਾ, ਅਤੇ ਫਿਰ ਮੈਨੂੰ ਉੱਥੇ ਹੀ ਮੇਰੇ ਕੁਛ ਇਹੋ ਜਿਹੇ ਟੀਚਰ ਸੀਗੇ, ਇਹੋ ਜਿਹੇ ਫਰੈਂਡਸ ਸੀਗੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਆਪਾਂ ਹੋਮ ਕੇਅਰ ਦਾ ਕੰਮ ਕਰ ਸਕਦੇ ਹਾਂ ਨਾ। ਉਸ ਤੋਂ ਬਾਅਦ ਮੈਨੇ ਹੋਮ ਕੇਅਰ ਦਾ ਕੰਮ ਕਰਨਾ ਸ਼ੁਰੂ ਕਰਤਾ ਹੈ ਨਾ, ਅਤੇ ਫਿਰ ਪੇਸ਼ੈਂਟ ਦੇ ਰਿਲੇਟਿਵ ਨਾਲ, ਕਿਉਂਕਿ ਮੈਂ ਇੱਕ ਉਸ ਟਾਈਮ ਮੈਂ ਮੇਰਾ ਲਵਾਸ ਮੁੰਡਿਆਂ ਵਾਲਾ, ਰਹਿਣਾ ਮੈਂ ਕੁੜੀਆਂ ਦੀ ਤਰ੍ਹਾਂ ਪਸੰਦ ਕਰਦੀ ਸੀ, ਤਾਂ ਮੈਨੂੰ ਅਗਲੇ ਦੇ ਘਰ ਦੇ ਵੀ ਐਕਸੈਪਟ ਕਰ ਲੈਂਦੇ ਸੀ ਵੀ ਇਹ ਮੁੰਡਾ ਕੁੜੀਆਂ ਵਰਗਾ ਹੈ, ਤਾਂ ਮੇਰੇ ਨਾਲ ਬੜੀ ਛੇਤੀ ਅਗਲੇ ਦੀ ਦਾਲ ਪੱਕ ਜਾਂਦੀ ਸੀ। ਅਗਲੇ ਨੇ ਕਹਿਣਾ ਯਾਰ ਇਹ ਤਾਂ ਮੁੰਡਾ ਬਿਲਕੁਲ ਗਰਲਸ ਦੀ ਤਰ੍ਹਾਂ ਹੀ ਆ। ਫਿਰ ਮੈਂ ਸੋਚਿਆ ਕਿ ਮੈਂ ਬਾਹਰ ਹੀ ਰਹਿਣਾ, ਬਸ ਉਦੋਂ ਤੋਂ ਮੈਂ ਸੋਚਣਾ ਮਤਲਬ ਕਿ ਬਾਹਰ ਰਹਿਣਾ ਸ਼ੁਰੂ ਕਰਤਾ। ਫਿਰ ਮੈਂ ਹੌਲੀ ਹੌਲੀ ਰੈਂਟ 'ਤੇ ਆ ਗਈ, ਫਿਰ ਮੈਂ ਹੌਲੀ ਹੌਲੀ ਆਪਣਾ ਲਿਬਾਸ ਹੀ ਚੇਂਜ ਕਰ ਲਿਆ। ਜਦ ਘਰੋਂ ਬਾਹਰ ਕਦਮ ਰੱਖਿਆ ਉਦੋਂ ਕੀ ਸੰਘਰਸ਼ ਦੇਖਿਆ, ਉਦੋਂ ਸਮਾਜ ਨਾਲ ਕਿਵੇਂ ਲੜਾਈ ਕੀਤੀ?
ਬਸ ਸਮਾਜ ਨਾਲ ਐਵੇਂ ਹੀ ਲੜਾਈ ਕੀਤੀ ਨਾ ਕਿ ਜਦੋਂ ਮੈਂ ਮੇਲ ਗੱਟਅਪ 'ਚ ਨਾ, ਵੈਸੇ ਮੈਂ ਇੱਕ ਥਰਡ ਜੈਂਡਰ ਸੀ ਬੇਸਿਕਲੀ ਫਿਜ਼ੀਕਲੀ ਤੌਰ 'ਤੇ ਨਾ, ਅਤੇ ਬਟ ਕਈ ਵਾਰ ਮੁੰਡਿਆਂ ਨੇ ਵੀ ਮੈਨੂੰ ਛੇੜਨਾ, ਤਾਂ ਮੈਨੂੰ ਇਹ ਚੀਜ਼ਾਂ ਤੋਂ ਬਹੁਤ ਨਫ਼ਰਤ ਆ। ਮੇਰੇ ਮੋਸਟਲੀ ਗਰਲਜ਼ ਹੀ ਜ਼ਿਆਦਾ ਫਰੈਂਡਸ ਬਣਦੀਆਂ ਸੀ, ਮੁੰਡਿਆਂ ਨਾਲ ਮੇਰੀ ਦੋਸਤੀ ਨਹੀਂ ਸੀ ਹੁੰਦੀ। ਜੇ ਮੇਰੀ ਦੋਸਤੀ ਹੋਣੀ ਤਾਂ ਮੈਂ ਵੱਡੇ ਭਰਾ ਬਣਾਉਣਾ ਮੁੰਡਿਆਂ ਨੂੰ, ਜਿਨ੍ਹਾਂ ਨੂੰ ਮੈਂ ਵੀਰੇ ਬਣਾ ਕੇ ਆਪਣੀ ਜ਼ਿੰਦਗੀ ਚੱਲਣਾ। ਬਸ ਐਵੇਂ ਹੀ ਸਮਾਜ ਦੀਆਂ ਠੋਕਰਾਂ ਖਾਂਦੀ ਖਾਂਦੀ ਜਸਲੀਨ ਅੱਜ ਇੱਥੇ ਤੱਕ ਪਹੁੰਚ ਗਈ। ਕਦੇ ਕਿਸੇ ਨਾਲ ਪਿਆਰ ਹੋਇਆ? ਹੋਇਆ ਇਹ ਪਿਆਰ ਹੈ ਨਾ, ਪਰ ਜ਼ਿੰਦਗੀ ਹੈ, ਪਿਆਰ ਤਾਂ ਨਹੀਂ ਕਹਿ ਸਕਦੀ ਹੈ ਨਾ ਕਿ ਮੈਨੂੰ ਪਿਆਰ ਹੋਇਆ ਸੀ, ਕਿਉਂਕਿ ਕਿਸੇ ਇਨਸਾਨ ਨੂੰ ਤੁਸੀਂ ਪਿਆਰ ਕਰੋ ਤਾਂ 2-4 ਸਾਲਾਂ ਬਾਅਦ ਤੁਹਾਨੂੰ ਕਹੀ ਨਾ ਕਿ ਵੀ ਅਸੀਂ ਤਾਂ ਤੈਨੂੰ ਪਿਆਰ ਨਹੀਂ ਕੀਤਾ, ਵੀ ਇਹ ਤਾਂ ਆਪਾਂ ਤਾਂ ਦੋਸਤ ਹਾਂ ਵਧੀਆ, ਪਿਆਰ ਪੁੱਛ ਕੋਈ ਚੀਜ਼ ਹੀ ਨਹੀਂ ਹੁੰਦਾ। ਤਾਂ ਮੈਂ ਸੋਚਦੀ ਰਹਿੰਦੀ ਹਾਂ ਨਾ ਕਿ ਪਿਆਰ, ਮੇਰੀ ਮਾਂ ਤੋਂ ਵੱਧ ਕੇ ਮੈਨੂੰ ਪਿਆਰ ਕੋਈ ਨਹੀਂ ਕਰ ਸਕਦਾ। ਜਸਲੀਨ, ਇਸ ਵਕਤ ਤੁਹਾਡੀ ਜੋ ਉਮਰ ਹੈ ਉਹ 24 ਸਾਲ ਦੀ ਹੈ, ਅੱਗੇ ਇੱਕ ਬਹੁਤ ਲੰਬਾ ਸਫ਼ਰ ਪਿਆ, ਕੀ ਸੋਚਿਆ ਅੱਗੇ ਕੀ ਕਰਨਾ, ਅਗਲੀ ਜ਼ਿੰਦਗੀ ਕਿਵੇਂ ਬਿਤਾਉਣੀ ਹੈ ਤੁਸੀਂ? ਮੈਂ MLA ਬਣਨਾ ਚਾਹੁੰਦੀ ਹਾਂ, ਮੇਰੀ ਬਹੁਤ ਇੱਛਾ ਹੈ ਕਿ ਮੈਂ ਮੰਤਰੀ ਬਣਨਾ ਚਾਹੁੰਦੀ ਹਾਂ ਨਾ। ਤਾਂ ਮੰਤਰੀ ਬਣ ਕੇ ਤੁਸੀਂ ਸਮਾਜ ਵਿੱਚ ਸਭ ਤੋਂ ਪਹਿਲਾਂ ਕਿੱਦਾਂ ਦੇ ਸੁਧਾਰ ਲਿਆਉਂਗੇ? ਸਭ ਤੋਂ ਪਹਿਲਾਂ ਤਾਂ ਜੀ ਦੇਖੋ, ਮੈਂ ਆਪਣੀ ਸੋਸਾਇਟੀ ਲਈ ਬਹੁਤ ਕੁਛ ਕਰੂੰਗੀ, ਸੋਸਾਇਟੀ ਮੇਰੀ ਪਹਿਲਾਂ ਹੈ, ਮੇਰੀ ਸੋਸਾਇਟੀ ਜਿੱਥੇ ਮੈਨੂੰ ਕਮਜ਼ੋਰ ਲੱਗਦੀ ਆ ਮੈਂ ਉੱਥੋਂ ਉਸ ਸੋਸਾਇਟੀ ਨੂੰ ਉੱਥੋਂ ਮਜ਼ਬੂਤ ਕਰੂੰਗੀ। ਬਾਕੀ ਜਿਹੜੇ ਆਮ ਸਮਾਜ ਭਲਾਈ ਦੇ ਕੰਮਾਂ 'ਚ ਤਾਂ ਤੁਹਾਨੂੰ ਪਤਾ ਹੀ ਆ, ਇਹੋ ਜਿਹੇ ਕੰਮ ਕਰ ਦੂੰਗੀ ਵੀ ਪੈਟਰੋਲ 50 ਰੁਪਏ ਕਰਾ ਦੂੰਗੀ, ਇਹੋ ਜਿਹੇ ਕੰਮ ਕਰ ਦੂੰਗੀ ਵੀ ਰਹਿੰਦੀ ਦੁਨੀਆ ਤੱਕ ਯਾਦ ਰੱਖਣ ਵੀ ਜਸਲੀਨ ਕੋਈ ਹੋਈ ਸੀ। ਕਿਹੜੀ ਪਾਰਟੀ ਵੱਲੋਂ ਮੰਤਰੀ ਬਣੋਗੇ? ਮੈਂ ਤਾਂ ਆਪਣੀ ਪਾਰਟੀ ਬਣਾਉਣੀ ਹੈ ਜੀ, ਜਸਲੀਨ ਪਟਿਆਲਾ ਪਾਰਟੀ। ਅੱਛਾ, ਮੇਰੀ ਆਪਣੀ ਪਰਸਨਲ ਪਾਰਟੀ ਹੋਊਗੀ ਜਿਹਦਾ ਚੋਣ ਨਿਸ਼ਾਨ ਤਾੜੀ, ਤਾੜੀ ਵਜਾਓ ਸਰਕਾਰ ਜਗਾਓ। ਔਰ ਫਿਰ ਦੇਖੋ ਤੁਸੀਂ ਮੈਂ ਕੈਸੇ ਇਹਨਾਂ ਦੇ ਹੀਲੇ ਕਰਦੇ ਹਾਂ ਮੰਤਰੀਆਂ ਦੇ। ਦੇਖੋ ਮੈਂ ਜ਼ਿੰਦਗੀ 'ਚ ਆਪਣਾ ਕਦੇ ਘਰ ਨਹੀਂ ਬਣਾਉਂਗੀ, ਸੈਪਰੇਟ ਆਪਣੀ ਕੋਠੀ ਕਦੇ ਨਹੀਂ ਬਣਾਉਂਗੀ, ਪਰ ਇਹਨਾਂ ਦੀਆਂ ਕੋਠੀਆਂ ਨਹੀਂ ਛੱਡਦੀ, ਇਹਨਾਂ ਦੀਆਂ ਕੋਠੀਆਂ ਨੂੰ ਘਰ ਬਾਹਰ ਕੱਢ ਕੱਢ ਕੇ ਇਹਨਾਂ ਨੂੰ ਸੁੱਟੂਗੀ। ਤੌਬਾ ਕਰਾਓ, ਐਸੀ ਮੰਤਰੀ ਬਣੂੰਗੀ ਮੈਂ ਕਿਹੜਾ? ਦੇਖੋ ਸਾਰੀ ਜ਼ਿੰਦਗੀ ਮੈਂ ਵਿਆਹ ਨਹੀਂ ਕਰਾਉਣਾ, ਮੈਂ ਬੱਚਾ ਨਹੀਂ ਪੈਦਾ ਕਰਨਾ, ਬਸ ਮੇਰੇ ਲਈ ਸਭ ਕੁਛ ਮੇਰਾ ਸਮਾਜ ਆ। ਕਿ ਪਹਾੜ ਵਰਗੀ ਜ਼ਿੰਦਗੀ ਕੱਟਣੀ ਬਹੁਤ ਔਖੀ ਗੱਲ ਆ, ਬਾਕੀ ਉਸ ਵਾਹਿਗੁਰੂ 'ਤੇ ਆ ਜੋ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਆ।